ਧਨ ਸੁਹਾਗਣ ਜੋ ਪ੍ਰਭੂ ਪਛਾਨ ਮੰਨੇ ਹੁਕਮ ਤਜੈ ਅਭਿਮਾਨ ਨੇ ਪ੍ਰੇਸ਼ੋ ਰਾਤੀ ਰਣੀਆਂ ਮੰਨੇ ਸੁਨ ਸਖੀਏ ਪ੍ਰਭ ਮਿਲ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭავ ਹੈ 700 ਹਗਰ ਅੰਕ ਸਮਾਵੇ ਗਰਬ ਗਹਿਲੀ ਮਹਿਨ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਵਿਹਾਵੇ ਕਰਮਹੀਨ ਮਨ ਮੁਖ ਦੁਖ ਭਾਵੇ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਾ ਭਰਪੂਰ ਜਨ ਨਾਨਕ ਗਾਵੇ ਦੇਖ ਹضور ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਕਿਤੇ ਨੇ ਸਾਰ ਸੌਖੇ ਸ਼ਬਦਾਂ ਵਿੱਚ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਜਾ ਸਿੱਖੋ ਦਿਨ ਕਹਿੰਦੇ ਨੇ ਜਿਸ ਤਨਾ ਇੱਕ ਵੱਡੀ ਭੈਣ ਕਹਿ ਲੋ ਤਜਰਬੇਕਾਰ ਕਹਿ ਲੋ ਸਤਸੰਗਣ ਕਹਿ ਲੋ ਛੋਟੀ ਨੂੰ ਪੁੱਛਦੀ ਏ ਮੈਨੂੰ ਦੱਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਕੀ ਤਰੀਕਾ ਮੈਂ ਪਤੀ ਨੂੰ ਕਿਵੇਂ ਪ੍ਰਸੰਨ ਕਰਾਂ ਸਾਰੀ ਗੁਰਬਾਣੀ ਵਿੱਚ ਐਵੇਂ ਹੀ ਸਮਝਾਇਆ ਤਾਂ ਫਿਰ ਉਹ ਸਤ ਸੰਗਣ ਸਹੇਲੀ ਜਿਹੜੀ ਪਰਮਾਤਮਾ ਨਾਲ ਮਿਲੀ ਹੋਈ ਹੈ ਜਿਸ ਨੂੰ ਪਰਮਾਤਮਾ ਦਾ ਪਿਆਰ ਪ੍ਰਾਪਤ ਹੈ ਜਿਹੜੀ ਉਹਦੇ ਰੰਗ ਵਿੱਚ ਰਤੀ ਹੋਈ ਹੈ ਔਰ ਫਿਰ ਦਸਤੀ ਸੁਨ ਸਖੀਏ ਏ ਸਤ ਸੰਗਨ ਸਹੇਵੀਏ ਸੁਨਣਾ ਕਰ ਪ੍ਰਭ ਮਿਲਣ ਦੀ ਨਿਸ਼ਾਨੀ ਪ੍ਰਭੂ ਨੂੰ ਮਿਲਣ ਦਾ ਤਰੀਕਾ ਢੰਗ ਨਿਸ਼ਾਨੀ ਇਹ ਮਨ ਤਨ ਅਰਪ ਤਜ ਲਾਜ ਲੋਕਾਨੀ ਇਹ ਪਹਿਲੀ ਸ਼ਰਤ ਹੈ ਮਨ ਤਨ ਅਰਪ ਅਰਪ ਦੇ ਪਪੇ ਨੂੰ ਸਿਆਰੀ ਹੈ ਅਰਪਣਾ ਕਰ ਅਰਪਣ ਦੀ ਕਿਰਿਆ ਭਾਵ ਇਹ ਆਪਣਾ ਮਨ ਤੇ ਤਨ ਉਸ ਦੇ ਚਰਨਾਂ ਵਿੱਚ ਸਮਰਪਿਤ ਕਰ ਤਜ ਲਾਜ ਦੇ ਲੋਕਾਨੀ ਇਹ ਵੀ ਲੋਕਾਂ ਦੀ ਲਾਜ ਹੈ ਇਹਨੂੰ ਛੱਡ ਦੇਣਾ ਸਾ ਸੰਗਤ ਅਸਰੀ ਲੋਕ ਲਾਜ ਦੇ ਮਾਰੇ ਹੋਏ ਇਸ ਰਸਤੇ ਤੇ ਤੁਰਨ ਤੋਂ ਝਿਜਕਦੇ ਸੰਕੋਚ ਕਰ ਮੈਂ ਤੇ ਕਈ ਵਾਰੀ ਦੇਖਦਾ ਕਿ ਪਾਠ ਕਰਨ ਤੋਂ ਅਰਦਾਸ ਕਰਨ ਤੋਂ ਇਹ ਤਾਂ ਜੀ ਭਾਈ ਜੀਆਂ ਦਾ ਕੰਮ ਹੈ ਅਰੇ ਭਾਈ ਨਹੀਂ ਇਹ ਤਾਂ ਹਰ ਇੱਕ ਦਾ ਬਾਣੀ ਪੜਨੀ ਪਰਮੇਸ਼ਵਰ ਅੱਗੇ ਬੇਨਤੀ ਕਰਨੀ ਇਹ ਕਹਿਣਾ ਕਿ ਜੀ ਲੋਕ ਕੀ ਕਹਿਣਗੇ ਬਹੁਤ ਲੈ ਨੂੰ ਲੱਗੀ ਹੋਈ ਐ ਲੋੜ ਤੈਨੂੰ ਐ ਤੂੰ ਲੋਕਾਂ ਵੱਲ ਵੇਖੀ ਤੋ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਗੁਰੂ ਅਰਜੁਨ ਦੇਵ ਬਾਦਸ਼ਾਹ ਫਰਵਾਹਣ ਸੁਨੋ ਸਖੀਏ ਪ੍ਰਭ ਮਿਲਣ ਦੀ ਸਾਨੀ हे सत्संगण सहेलिये सुनना कर परमात्मा नु मिलन दी निशानी मेरे को सुन निशानी दा मतलब है ओ तरीका है ओ ढंग मन तन अर्प तज लाज लोकानी इगड़ा मन ते तन ए अर्पण कर ते लोक लाज नु त्याग ਜਿਵੇਂ ਗੁਰੂ ਪਾਤਸ਼ਾਹ ਨੇ ਕਿਸੇ ਹੋਰ ਜਗ੍ਹਾ ਗਿਆ ਅਕਾਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਹੀ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਪਾਵੇਂ ਬੁਰਾ ਕਹੋ ਹਮ ਤਨ ਜਿਉ ਹੈ ਢਾਨ ਕਿਉਂਕਿ ਲੋਕ ਕਿਸੇ ਵੀ ਤਰ੍ਹਾਂ ਰਾਜੀ ਨਹੀਂ ਹੁੰਦੇ ਲੋਕਾਂ ਨੂੰ ਰਾਜੀ ਕਰਨਾ ਬੜਾ ਮੁਸ਼ਕਲ ਸਿਆਣਿਆਂ ਨੇ ਇੱਥੇ ਜ਼ਿਕਰ ਕੀਤਾ ਕਿ ਦਾਤਰੀ ਨੂੰ ਇੱਕ ਪਾਸੇ ਦੰਦੇ ਤੇ ਲੋਕਾਂ ਨੂੰ ਦੋਵੇਂ ਪਾਸੇ ਦੰਦੇ ਜੋ ਕਰੋ ਲੋਕਾਂ ਨੇ ਤਾਂ ਉਸ ਤੇ ਨੁਕਤਾ ਚੀਨੀ ਕਰਨੀ ਕਰ ਇਹਦੇ ਤੋਂ ਬੇਪਰਵਾ ਹੋ ਜਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਜਿਉ ਹੈ ਢਾਰ ਤੋ ਇਹ ਹੈ ਸ਼ਬਦ ਦੀ ਰਾਹਉ ਦੀਪਕ ਸੁਨ ਸਖੀਏ ਪ੍ਰਭ ਮਿਲਣ ਦੀ ਸਾਨੀ ਮਨ ਨੂੰ ਤਨ ਅਰਪ ਤਜ ਲਾਜ ਲੋਕਾਨੀ ਸਾਥ ਸੰਗਤ ਸਤਮੁਤ ਇਸ ਲੋਕ ਲਾਜ ਤੋਂ ਡਰਦੇ ਹੋਏ ਲੋਕ ਗੁਰਮਖ ਦਾ ਪੱਲਾ ਨਹੀਂ ਫੜਦੇ ਕਰਜ਼ਾਈ ਹੋ ਜਾਂਦੇ ਨੇ ਨਾ ਆਪ ਸੁਖੀ ਨਾ ماں ਬੱਚੀ ਸੁਖੀ ਵੱਧ ਚੱਲ ਕੇ ਖਰਚੇ ਕਰਦੇ ਨੇ ਤੇ ਫਿਰ ਕਰਜ਼ਿਆਂ ਦੀ ਮਾਰ ਛਲੇ ਦਬ ਜਾਂਦੇ ਹੁੰਦਾ ਕੀ ਕਿ ਜੀ ਲੋਕੀ ਕੀ ਕਹਿਣਗੇ ਭਗਤ ਕਬੀਰ ਜੀ ਨੇ ਬੜਾ ਖੂਬਸੂਰਤ ਨਕਸ਼ਾ ਕੀਤਾ ਅਕਾ ਇੱਕ ਇਸਤਰੀ ਆਪਣੇ ਪਤੀ ਨਾਲ ਸਲਾਹ ਕਰਦੀ ਅਸੀਂ ਕੁੜੀ ਦਾ ਵਿਆਹ ਕਰਨਾ ਹੈ ਮੁੰਡੇ ਦਾ ਵਿਆਹ ਕਰਨਾ ਅਸੀਂ ਕੀ ਕਰੀਏ ਫਿਰ ਘਰ ਵਾਲੀ ਕਹਿੰਦੀ ਦੇਖੋ ਜੀ ਜੇ ਅਸੀਂ ਆ ਨਾ ਕੀਤਾ ਤੇ ਸਾਡੀ ਨੱਕ ਨਹੀਂ ਰਹਿਣੀ ਜੇ ਅਸੀਂ ਆ ਨਾ ਕੀਤਾ ਲੋਕ ਕੀ ਕਹਿਣ ਪਰ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤੇ ਨਾਕੂ ਕਾਟੀ ਕੰਨੂ ਕਾਟੀ ਘਾਟ ਕੂਟ ਕੇ ਡਾਰੀ ਕੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਬੜੀ ਢੂੰਗੀ ਕਰ ਲੈ ਛੋਟੇ ਹੁੰਦਿਆਂ ਅਸੀਂ ਪੜਦੇ ਸੀ ਉਹ ਜੀ ਭਗਤ ਜੀ ਕੋਲ ਮਾਇਆ ਆਈ ਬੜਾ ਸੁੰਦਰ ਰੂਪ ਧਾਰ ਕੇ ਆਈ ਭਗਤ ਜੀ ਨੇ ਉਹਦਾ ਨੱਕ ਵੱਡ ਦਿੱਤਾ ਉਹਦੇ ਕੰਨ ਵੱਡ ਸੁਣਦੇ ਨੇ ਸਖ ਪਰ ਹੁਣ ਸਮਝਾਈ ਕਿ ਇਹ ਮਾਇਆ ਲੋਕਾਂ ਨੂੰ ਦੋ ਪਾਸਿਓਂ ਮਾਰਦੀ ਹੈ ਇੱਕ ਨਕ ਵਾਲੇ ਪਾਸਿਓਂ ਇੱਕ ਕੰਨ ਵਾਲੇ ਪਾਸਿਓਂ ਨਕਰ ਖਣਵਾਤੇ ਲੋਕ ਬਾਤੂ ਖਰਚਾ ਕਰਦੇ ਨੇ ਸ਼ਰਾਬਾਂ ਪਰਾਉਂਦੇ ਨੇ ਕਈ ਕੁਛ ਕਰ ਤੇ ਬੰਨ ਕੰਨ ਨਾਲ ਤਾਰੀਫ ਸੁਣਨੀ ਚਾਹੁੰਦੇ ਨੇ ਵੀ ਕੈਸਾ ਵਿਆਹ ਹੋਇਆ ਤੇ ਜਿਨ੍ਹਾਂ ਨੇ ਮੁਖ ਦੀ ਖਾਦੀ ਪੀਤੀ ਹੁੰਦੀ ਹੈ ਉਹ ਆਨੇ ਬਲੇ ਬਰੇ ਸਦਾਰ ਜੀ ਇਹੋ ਜਿਹਾ ਵਿਆਹ ਤੇ ਰਾਜੇ ਮਹਾਰਾਜੇ ਨਹੀਂ ਕਰ ਸਕਦਾ ਫਿਰ ਫੁੱਲੇ ਨਹੀਂ ਸਮੋਦੇ ਪਗਤ ਜੀ ਕਹਿੰਦੇ ਨੇ ਆਪਾਂ ਤੇ ਭਾਈ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਢਾਰੀ ਕੋ ਕਬੀਰ ਸੰਤਨ ਕੀ ਬਹਿਰ ਤੀਨ ਲੋਕ ਕੀ ਪਿਆਰੀ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਸੁਣ ਸਖੀਏ ਰਬ ਮਿਲਨੀ ਸਾਨੀ ਮਨ ਤਨ ਅਰਪ ਤਜ ਲਾਜ ਲੋਕਾਂ ਦੀ ਇਹ ਲੋਕਾਂ ਵਾਲੀ ਲਾਜ ਛੱਡ ਦੇ ਤੇ ਆਪਣਾ ਮਨ ਤਨ ਪਰਮਾਤਮਾ ਦੇ ਅੱਗੇ ਅਰਪਣ ਕਰ ਲਓ ਹੁਣ ਪਹਿਲੇ ਪਦ ਵਿੱਚ ਕਹਿੰਦੇ ਹਨ ਤੁਹਾਂ ਚੋਹਾ ਗਿ ਜੋ ਪ੍ਰਭੂ ਪਛਾਨ ਨੇ ਉਹ ਸਤ ਸੰਗਣ ਜੀਵ ਇਸ ਤਰੀ ਸਹੇਲੀ ਤਨ ਨੂੰ ਤਨ ਕਹਿਣ ਦੇ ਯੋਗ ਹੈ ਜੋ ਪ੍ਰਭੂ ਪਛਾਨ ਨੇ ਜਿਸ ਨੇ ਉਸ ਪਰਮਾਤਮਾ ਨੂੰ ਪਛਾਣ ਲਿਆ ਜਿਸ ਨੇ ਉਸ ਪਰਮਾਤਮਾ ਦੀ ਹਸਤੀ ਨੂੰ ਜਾਣ ਲਿਆ ਉਹ ਸਨਾਂ ਯੋਗ ਹੈ ਉਹਨੂੰ ਸਲਾਉਣਾ ਚਾਹੀਦਾ ਮਨ ਹੁਕਮ ਤਗੇ ਅਬ ਮਨ ਉਹ ਵੇਰ ਆਪਣੇ ਪਤੀ ਦੇ ਹੁਕਮ ਨੂੰ ਮੰਨਦੀ ਹੈ ਤੇ ਆਪਣੇ ਅੰਦਰੋਂ ਅਭਿਮਾਨ ਹਉਮੈ ਨੂੰ ਛੱਡ ਦੇ। ਦੇਖੋ ਸਮਝਾਉਣ ਦਾ ਤਰੀਕਾ ਅਣਜਾਣ ਤੋਂ ਅਣਜਾਣ ਬੰਦੇ ਨੂੰ ਵੀ ਸਮਝਾਏ। ਪਰ ਜੇ ਅਸੀਂ ਸਿਰਫ ਫਾਰਮੈਲਿਟੀ ਤੌਰ ਤੇ ਪਾਠ ਕਰਦੇ ਰਹੇ। ਪਾਠ ਕਰਾਉਂਦੇ ਰਹੇ। ਨਾ ਸੁਣਿਆ ਨਾ ਸਮਝਿਆ। ਨਾ ਉਹ ਤੋਂ ਕੋਈ ਪ੍ਰੇਰਣਾ ਲਈ। ਫਿਰ ਕਿਵੇਂ ਜੀਵਨ ਬਣੇਗਾ? ਗੁਰੂ ਮਹਾਰਾਜ ਨੇ ਤੇ ಅಪਾਰ ਕਿਰਪਾ ਕੀਤੀ ਆਖਿਆ satsang ਵਿੱਚ ਜਾਈ ਆਪਣੇ ਅੰਦਰ ਪ੍ਰਭੂ ਦੇ ਮਿਲਣ ਦੀ ਇੱਛਾ ਪੈਦਾ ਕਰ ਤੇ ਫਿਰ ਉਥੋਂ ਉਪਦੇਸ਼ ਮਿਲ ਸੁਨ ਸਕੀਏ ਰਬ ਮਿਲਣ ਦੀ ਸਾਨੀ ਮਨ ਤਨ ਅਰਪ ਤਜ ਲਾਜ ਰੁਖਾਨੀ ਲਹਾਓ ਦੰਨ ਸੁਹਾਗ ਜੋ ਪ੍ਰਭੂ ਪਛਾਨ ਨੇ ਅਖਾਉ ਇਸਤਰੀ ਤੰਤਾ ਯੋਗ ਉਹਨੂੰ ਸੁਣਾਉਣਾ ਚਾਹੀਦਾ ਜਿਹਨੂੰ ਆਪਣੇ ਪਰਮਾਤਮਾ ਪਤੀ ਦੀ ਪਛਾਣ ਆ ਗਈ ਤੇ ਜਿਹਨੂੰ ਪਰਮਾਤਮਾ ਦੀ ਹਸਤੀ ਦੀ ਪਛਾਣ ਆ ਜਾਏ ਮੰਨੇ ਹੁਕਮ ਤਜੇ ਅਭਮਨ ਉਹ ਮੇਰੇ ਆਪਣੇ ਪਤੀ ਦੀ ਆਗਿਆ ਵਿੱਚ ਉਹ ਆਪਣੇ ਅੰਦਰੋਂ ਅਭਿਮਾਨ ਹੰਕਾਰ ਨੂੰ ਛੱਡ ਦੇ ਜਿਵੇਂ ਭਗਤ ਫਰੀਦ ਜੀ ਨੂੰ ਕਹਿੰਦੇ ਨੇ ਕਿਸੇ ਜੀਵ ਇਸਤਰੀ ਨੇ ਪੁੱਛਿਆ ਭਗਤ ਜੀ ਤੁਸੀਂ ਅੱਲਾਹ ਤਾਲਾ ਨੂੰ ਪ੍ਰਸੰਨ ਕਰ ਲਿਆ ਮੈਨੂੰ ਵੀ ਦੱਸੋ ਕਮਨ ਚੋ ਅਖਰ ਕਮਨ ਗੁਣ ਕਮਨ ਚਮਣੀਆ ਮੰਤ ਕਮਨ ਤਵੇ ਤੋ ਹੋਕਾਰੀ ਜਿਤ ਵਸ ਆਵੇ ਕੰਤ ਅਖਾ ਵਖਰ ਕਿਹੜਾ ਮੰਤਰ ਕੇ ਉਹ ਕਿਹੜਾ ਗੁਣ ਹੈ ਜਿਸ ਗੁਣ ਨੂੰ ਧਾਰਨ ਕਰਨ ਨਾਲ ਜਿਸਮੰਤਨ ਨੂੰ ਪੜਨਾ ਮੇਰਾ ਪਤੀ ਵਸਿ ਚ ਜਾਏ ਕਮਨ ਚੋ ਅਖਰ ਕਮਨ ਗੁਣ ਕਮਨ ਚੋ ਮਣੀਆ ਮੰਤ ਕਮਣ ਤੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ ਤੇ ਭਗਤ ਜੀ ਨੇ ਬੜਾ ਖੂਬਸੂਰਤ ਜਵਾਬ ਆਖਿਆ ਨਿਮਨ ਤੋ ਅਖਰ ਖਾਵਣ ਗੁਣ ਜੇ ਬਾਮਣੀਆਂ ਮੰਤ ਇਤਰੇ ਪਹਿਨੇ ਵਿਸਕਰ ਤਾਂ ਵਸ ਆਵੀ ਕੰਤ ਸੋਨੁ ਸਖੀਏ ਬ੍ਰਹਮਣ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਨੈ ਹੁਕਮ ਤਜੈ ਅਬ ਮਨ ਦੇਖੋ ਜਿਹੜਾ ਸਹੀ ਤਰੀਕਾ ਹੈ ਉਹ ਤੇ ਇਹੋ ਹੀ ਹੈ ਕਿ ਪਤੀ ਦਾ ਹੁਕਮ ਹੈ ਉਹੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਗਲਤ ਥੀ ਕਿਉਂਕਿ ਜਿਹਦੇ ਅੰਦਰ ਨਿਮਰਤਾ ਹੈ ਉਹ ਹੁਕਮ ਮੰਨਣ ਲਈ ਤਿਆਰ ਹੈ ਪਰ ਜਿਹੜਾ ਹੰਕਾਰੀ ਹੈ ਉਹ ਹੁਕਮ ਮੰਨਣ ਤੋਂ ਇਨਕਾਰੀ ਹੈ ਤਾਂ ਅਖਿਰ ਜਿਹੜੀ ਜੀਵ ਰੂਪ ਇਸਤਰੀ ਨੇ ਪਰਮਾਤਮਾ ਪਤੀ ਨੂੰ ਪਛਾਣ ਲਿਆ ਔਰ ਉਹਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ ਆਪਣੇ ਅੰਦਰੋਂ ਅਭਮਾਨ ਅਹੰਕਾਰ ਦਾ ਤਿਆਗ ਬਰੇਸ ਤੇ ਹੋ ਰਾਤੀ ਰਲੀਆਂ ਮੰਨ ਨੇ ਉਹ ਵੇ ਆਪਣੇ ਪਿਆਰੇ ਪ੍ਰੀਤ ਨੂੰ ਨਾਲ ਰਲ ਕੇ ਰਲੀਆਂ ਮੰਨ ਭਾਵ ਜੀਵਨ ਦਾ ਆਨੰਦ ਪ੍ਰਾਪਤ ਕਰ ਉਸ ਮਲਾਪ ਦੀ ਖੁਸ਼ੀ ਨੂੰ ਮੰਨ ਲਈ ਸਾਨੂੰ ਚੱਕੀਏ ਪ੍ਰਭ ਮਿਲਣ ਦੀ ਸਾਨੀ ਮੰਨ ਤਨ ਅਰਪ ਤਜਲਾ ਜੇ ਲੋਕਾਨੀ ਰਾਹੋ ਸਖੀ ਸਹੇਲੀ ਕੋ ਸਮਝਾਵੇ ਕੈਸੀ ਸੁੰਦਰ वार्तालाप ਉਹ ਸਤ ਸੰਗਣ ਸਖੀ ਆਪਣੀ ਸਹੇਲੀ ਨੂੰ ਸਮਝਾਉਂਦੀ ਮਾਰਗਦਰਸ਼ਨ ਕਰਦੀ ਉਹਦੀ ਸਹਾਇਤਾ ਕਰਦੀ ਸੋਈ ਕਮਾਵੇ ਜੋ ਪ੍ਰਭਾਵੇ ਅਖਰ ਜੇ ਪਰਮਾਤਮਾ ਪਤੀ ਨੂੰ ਪ੍ਰਸੰਨ ਕਰੇ ਬਸ ਇਹ ਫੈਸਲਾ ਕਰ ਲੈ ਸੋਈ ਕਮਾਵੇ ਜੋ ਪ੍ਰਭਾਵ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਕਰ ਗੁਰਬਾਣੀ ਵਿੱਚ ਤੇ ਲਿਖਿਆ ਕਿ ਹੁਕਮ ਪਛਾਣੇ ਕੰਤ ਕਾ ਹੁਕਮ ਪਛਾਣੇ ਖਸਮ ਕਾ ਆਪਣੇ ਮਾਲਕ ਦੇ ਹੁਕਮ ਨੂੰ ਪਛਾਣਨਾ ਕਰ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ ਇੱਕ ਕਾਮਣ ਦਾ ਮਤਲਬ ਹੈ ਟੂਣਾ ਇਹ ਕਾਮਣ ਦਾ ਅਰਥ ਹੈ ਇਸਤਰੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਹੁਕਮ ਪਛਾਨੇ ਕਸਮ ਕਾ ਆਪਣੇ ਮਾਲਕ ਦੇ ਹੁਕਮ ਨੂੰ ਪਛਾਨਣਾ ਕਰ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ ਜੀਵ ਰੂਪ ਇਸ ਤਰੀ ਕੋਣਾ ਦਾ ਟੋਣਾ ਕਰੇ। ਭਾਵ ਆਪਣੇ ਅੰਦਰ ਗੁਣ ਪੈਦਾ ਕਰੇ। ਤੂੰ ਸਖੀ ਸਹੇਲੀ ਕੋ ਸਮਝਾਵੇ। ਸੋਈ ਕਮਾਵੇ ਜੋ ਪ੍ਰਭਾਵ ਹੈ। ਉਹ ਕੰਮ ਕਰਨੀ ਕਰੇ ਜਿਹੜੇ ਪ੍ਰਮਾਤਮਾ ਨੂੰ ਚੰਗੇ ਲੱਗਦੇ। ਜਿਹੜੇ ਪਤੀ ਨੂੰ ਚੰਗੇ ਲੱਗਦੇ। ਜਿਹੜੇ ਕੰਮ ਪਤੀ ਨੂੰ ਚੰਗੇ ਨਹੀਂ ਲੱਗਦੇ ਉਹ ਨਾ ਕਰੇ। ਸਖੀ ਤੇ ਹੈਲੀ ਕੋ ਤੁਮ ਜਾਵੇ ਸੋਈ ਕਮਾਵੇ ਜੋ ਪ੍ਰਭਾਵੇ ਸਾ ਸੁਹਾਗਣ ਅੰਕ ਸਮਾਵੇ ਹੁਣ ਕੋਈ ਤੇ ਅੰਕ ਦੇ ਕੱਕੇ ਨੂੰ ਸਿਆਣੀ ਇਹੋ ਜੀ ਸੁਹਾਗਣ ਇਹੋ ਜੀ ਸਹੇਲੀ satsang ਆਪਣੇ ਪਤੀ ਦੇ ਅੰਕ ਵਿੱਚ ਸਮਾ ਜਾ ਅੰਕ ਦਾ ਮਤਲਬ ਹੈ ਗਲਬ ਕਿڑی ਵੀ ਸਮਾ ਜਾ ਪਾਉ ਉਹਨੂੰ ਪਤੀ ਪਿਆਰ ਕਰਦਾ ਹੈ ਇਹ ਸਿੱਖਿਆ ਜਿੱਥੇ ਸਾਨੂੰ ਪਰਮਾਤਮਾ ਦੀ ਭਗਤੀ ਕਰਨੀ ਜ਼ਰੂਰੀ ਹੈ ਉੱਥੇ ਸੰਸਾਰੀ ਲੋਕਿਕ ਜੀਵਨ ਵਿੱਚ ਵੀ ਜ਼ਰੂਰੀ ਹੈ ਇਸੇ ਲਈ ਗੁਰੂ ਅਮਰਦਾਸ ਜੀ ਕਿਹਾ ਤਨ ਪਰ ਇਹ ਨਾ ਆਖੀਆਂ ਬਹਿਨੇ ਇਕੱਠੇ ਹੋਏ ਇੱਕ ਜੋ ਦੋਈ ਮੂਰਤੀ ਦਨ ਪਰ ਕਈ ਹੰਸੋਏ ਅੱਖਾਂ ਦੇਖਣ ਨੂੰ ਦੋ ਸਰੀਰ ਹੋਣ ਪਰ ਅੰਦਰੋਂ ਇੱਕ ਜੋਤ ਇੱਕ ਜੋਤ ਬਣਨ ਵਾਸਤੇ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ ਦਾਣਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੁੰਦਾ ਹੈ ਆਪ ਗਵਾਹੀ ਹੈ ਤਾਂ ਸ਼ੋਪਈਆ ਔਰ ਕੈਸੀ ਚਤੁਰਾਈ ਸ਼ੌ ਨਦਰ ਕਰ ਦੇਖੈ ਸੋ ਦਿਨ ਦੇਖੈ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾਸੋ ਹਾਗਣ ਨਾਨਕ ਸਾਸਤ ਬਰਾਈ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭਾਵੇ ਸਾਸੋ ਹਾਗਣ ਅੰਕ ਸਮਾਵੇ ਲਓ ਤੀਜੇ ਪਾਤ ਵਿੱਚ ਪਾਤਸ਼ਾਹ ਕਹਿੰਦੇ ਨੇ ਯਾਦ ਰੱਖੋ गर्भ gehli ਮਹਿਰ ਨਾਲ ਪਾਵੇ ਗਰਭ ਦੇ ਬੱਬੇ ਨੂੰ ਸਿਆਰੀ ਹੈ ਕਈ ਵਾਰੀ ਬੇਨਤੀ ਕੀਤੀ ਗੁਰਬਾਣੀ ਵਿੱਚ ਗਰਭ ਅੱਖਰ ਦੂਰ ਪਹੁੰਚੋ ਇੱਕ ਬੱਬੇ ਨਾਲ ਇੱਕ ਬੱਬੇ ਨਾਲ ਜਿੱਥੇ ਬੱਬੇ ਨਾਲ ਹੋਵੇਗਾ ਉਹ ਮਾਤਾ ਦੇ ਗਰਭ ਦੀ ਗੱਲ ਹੈ ਜਿੱਥੇ ਬੱਬੇ ਨਾਲ ਹੋਵੇਗਾ ਉੱਥੇ ਅਹੰਕਾਰ ਦੀ ਗੱਲ ਹੈ ਤੋ ਅਖਰ ਜਿਹੜੀ ਜੀਵ ਇਸਤਰੀ ਹੰਕਾਰ ਵਿੱਚ ਗਹਿਲੀ ਫਸੀ ਹੋਈ ਹੈ ਹੰਕਾਰ ਵਿੱਚ ਹਉਮੈ ਵਿੱਚ ਹੈ ਕਿ ਮੈਂ ਬੜੀ ਘਣਵਾਨ ਹਾਂ ਮੈਂ ਬਹੁਤ ਸਾਰੇ ਪਰਿਵਾਰ ਦੇਖੇ ਨੇ ਜਿੱਥੇ ਬੱਚਿਆਂ ਨੂੰ ਪੇਕੇ ਕਰਦਾ ਮਾਣ ਜਾਂ ਆਪਣੀ ਵਿੱਦਿਆ ਦਾ ਮਾਣ ਜਾਂ ਆਪਣੇ ਸੁਹਪਣ ਦਾ ਮਾਣ ਉਹ ਐਡਜਸਟ ਨਹੀਂ ਹੋ ਸਕਦਾ ਪਰ ਉਹ ਹਰ ਵਿੱਚ ਐਡਜਸਟ ਹੋ ਨਹੀਂ ਪਤੀ ਨੂੰ ਚੰਗੇ ਲੱਗਣ। ਇਹ ਸਭ ਚੀਜ਼ਾਂ ਦਾ ਅਹੰਕਾਰ ਛੱਡਣਾ ਪਵੇ। ਕਿਉਂਕਿ ਜਿਹੜੀ ਤਨ ਜੋਬਨ ਆਦਿਕ ਦੇ ਅਹੰਕਾਰ ਚ ਮਸਤ ਕਰੇ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕਰਦਾ। ਗਲਬ ਗਹਿਲੀ ਮਹਿਲ ਨਾ ਪਾਵੇ। ਹੁਣ ਇੱਥੇ ਮਹਿਰ ਸ਼ਬਦ ਹੈ। ਇਹਨੂੰ ਅਸੀਂ ਮਹਰ ਨਹੀਂ ਪੜੇ। ਮਹਿਰ ਦਾ ਮਤਲਬ ਹੈ ਪਰਮਾਤਮਾ ਦੇ ਸਰੂਪ ਨੂੰ ਪਾਉਣਾ। ਇਸੇ ਵਿੱਚ ਅਸੀਂ ਮਹਿਲਾ ਦੀ ਜਗ੍ਹਾ ਮਹਿਲਾ ਪਰਦੇ। ਉੱਥੇ ਵੀ ਪਰਮਾਤਮਾ ਦੇ ਸਰੂਪ ਦੀ ਗੱਲ। ਗੁਰੂਆਂ ਦੇ ਸਰੂਪ ਦੀ ਗੱਲ। ਅੱਖਾਂ ਗਰਭ ਘੇਰੀ ਮਹਿਲ ਨਾ ਪਾਵੇ। ਜਿਹੜੀ ਅਹੰਕਾਰ ਦੇ ਵਿੱਚ ਪਕੜੀ ਹੋਈ ਹੈ। ਉਹ ਕਦੇ ਪਰਮਾਤਮਾ ਨੂੰ ਪਾ ਨਹੀਂ ਸਕੀ। ਪਰਮਾਤਮਾ ਦੀ ਪ੍ਰਸੰਤਾ ਦੀ પાਤਰ ਨਹੀਂ ਹੋ ਸਕੋ ਗਰਭ gehli ਮੈਨਨ ਪਾਵੇ ਫਿਰ ਪਛਤਾਵੇ ਜਦ ਰਹਿਣ ਬੇਹਾਵੇ ਪਰ ਇਹੋ ਜੀਆਂ ਅਹੰਕਾਰੀ ਇਸਤਰੀਆਂ ਦਾ ਹਾਲ ਕੀ ਹੁੰਦਾ ਜਦੋਂ ਜ਼ਿੰਦਗੀ ਰੂਪੀ ਰਾਤ ਵੀ ਚੰਦ ਫਿਰ ਉਹ ਪਛਤਾਉਂਦੀ ਹ ਹੁਣ ਅਸੀਂ ਪਰਮਾਤਮਾ ਨੂੰ ਕਿਵੇਂ ਪ੍ਰਸੰਨ ਕਰੀਏ ਕਰਮਹੀਨ ਮਨ ਮੁਕ ਦੁਖ ਪਾਵੇ ਆਖਿਆ ਉਹ ਇਸਤਰੀ ਕਰਮਹੀਨ ਭਾਗਹੀਨ ਹੈ ਔਰ ਉਹ ਮਨ ਮੁਕ ਹੋ ਕੇ ਦੁਖੀ ਹੁੰਦੀ ਹੈ ਔਰ ਉਹ ਪਰਮਾਤਮਾ ਦੀ ਪ੍ਰਸੰਤਾ ਕਦੇ ਵੀ ਹਾਸਲ ਨਹੀਂ ਕਰ ਸਕਦੀ ਫਿਰ ਪਛਤਾਵੇ ਜਬ ਰਹਿਣ ਬਿਹਾਵੇ ਕਰਮਹੀਨ ਮਨ ਮੁਕ ਦੁਖ ਪਾਵੇ ਲੋ ਚੌਥੇ ਪਦ ਵਿੱਚ ਪਾਤਸ਼ਾਹ ਨੇ ਨਾ ਕਰਨਾ ਬੇਨੋ ਕਰੀ ਜੇ ਜਾਣਾ ਦੂਰ ਜੇ ਮੈਂ ਪ੍ਰਮਾਤਮਾ ਨੂੰ ਦੂਰ ਸਮਝੀਆਂ ਤਾਂ ਮੇਰਾ ਫਰਜ਼ ਹੈ ਕਿ ਮੈਂ ਉਹਦੇ ਚਰਨਾ ਵਿੱਚ ਅਰਦਾਸ ਕਰ ਬੇਨੋ ਕਰੀ ਜੇ ਜਾਣਾ ਦੂਰ ਪ੍ਰਭ ਆ ਬਣਾ ਤੀ ਰਹਾ ਬਹਪੂਰ ਅਖਾਉ ਦੁਨੀਆ ਦੇ ਲੋਕ ਵਾਹਿਗੁਰੂ ਹਾਜ਼ਰ ਬਾਜ਼ਰ ਉਹਨੂੰ ਕਦੇ ਵੀ ਦੂਰ ਨਾ ਸਮਝੋ ਬਿਨੋਂ ਕਰੀ ਜੇ ਜਾਹਾਂ ਦੂਰ ਪਰਮੇ ਬਨਾਤੀ ਰਹਾ ਭਰਪੂਰ ਉਹ ਵਾਹਿਗੁਰੂ ਜਿਹੜਾ ਬਨ ASCII ਹੈ ਉਤੇ ਰਹਾ ਭਰਪੂਰ ذره ذره ਕਣ ਕਣ ਵਿੱਚ ਮਿਸਮ ਜਨਾਨਕ ਗਾਵੇ ਤੇ ਕਹ ਦੂਰ ਨਾਨਕ ਜੀ ਫਰਮਾਉਂਦੇ ਮੈਂ ਤੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਹਰ ਵੇਲੇ ਕੋ ਉਹਦੀ ਉਸਤਤ ਕਰਤਾ ਸਿਫਤ ਸਲਾ ਕਰ ਤੂੰ ਸਾਧ ਸੰਗਤ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਨੇ ਸਾਡੀ ਸਹੂਲਤ ਨਹੀਂ ਕੈਸੇ ਸੁੰਦਰ ਉਪਦੇਸ਼ ਦਸਿਨ ਪਰ ਇਹਨਾਂ ਦੀ ਸਮਝ ਕਾਇ ਆਵੇਗੀ ਜੇ ਅਸੀਂ ਉਹਨਾਂ ਦਾ ਪ੍ਰੇਮ ਦਾ ਪਾਠ ਕਰਾਂਗੇ ਇਹਨਾਂ ਦੀ ਵਿਚਾਰ ਕਰਾਂਗੇ ਔਰ ਇਹੀ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਜਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ